ਜਿੰਦਰੇ ਕੋ ਦੱਸਿਆ ਕਿ ਉਹਨੇ ਛੁਟਕੂ ਨੂੰ ਕਿਵੇਂ ਤੇ ਕਿਹਦੀ ਮਦਦ ਨਾਲ ਲਗਵਾ ਕੀਤਾ ਸੀ ਤੇ ਅੱਗੇ ਉਹਨੂੰ ਕਿਹਦੇ ਹਵਾਲੇ ਕਰਨ ਵਾਲੇ ਸੀ? ਜਨਾਬ ਬਹੁਤ ਢੀਠ ਹੈ, ਸਭ ਕੁਝ ਕਰਕੇ ਵੇਖ ਲਿਆ ਪਰ ਮੂੰਹ ਖੋਲਣ ਨੂੰ ਤਿਆਰ ਹੀ ਨਹੀਂ। ਜਨਾਬ ਉਹ ਤਾਂ ਮਾਰ ਤੋਂ ਵੀ ਨਹੀਂ ਡਰਦਾ। ਕੋਈ ਨਾ, ਜੇ ਮਾਰ ਨਾਲ ਨਹੀਂ ਮੰਨਦਾ ਤੇ ਦਿਮਾਗ ਨਾਲ ਤੇ ਮਨਵਾਈ ਲਵਾਂਗੇ। ਬੁਲਵਾ ਕੇ ਤੇ ਮੈਂ ਰਵਾਂਗੇ, ਬੁਲਾ ਕੇ ਲਿਆਉਂਗੇ। ਮੇਰੀ ਸੁਣ ਲਓ ਗੱਲ, ਛਿੰਦੇ ਦਾ ਹਾਜ਼ਮਾ ਬੜਾ ਪੱਕਾ ਹੈ, ਤੁਸੀਂ ਜਿੰਨਾ ਮਰਜ਼ੀ ਕੁੱਟ ਲਓ ਮੈਨੂੰ ਪਰ ਮੇਰੇ ਅੰਦਰੋਂ ਕੋਈ ਗੱਲ ਨਹੀਂ ਕਢਵਾ ਸਕਦੇ ਤੇ ਨਾ ਹੀ ਮੇਰੇ ਖਿਲਾਫ ਕਿਸੇ ਹੋਰ ਨੇ ਗਵਾਹੀ ਦੇਣੀ ਹੈ। ਤੁਹਾਨੂੰ ਐਸਾ ਕੋਈ ਸਬੂਤ ਨਹੀਂ ਮਿਲਣਾ ਜੋ ਤੁਸੀਂ ਮੈਨੂੰ ਜ਼ਿਆਦਾ ਦੇਰ ਜੇਲ੍ਹ 'ਚ ਰੱਖ ਸਕੋ। ਛਿੰਦਾ, ਤੂੰ ਇੱਕ ਔਨ ਡਿਊਟੀ ਪੁਲਿਸ ਵਾਲੇ ਤੇ ਹਮਲਾ ਕੀਤਾ ਹੈ, ਇਹਨਾਂ ਸਬੂਤ ਕਾਫੀ ਹੈ ਤੈਨੂੰ ਅੰਦਰ ਰੱਖਣ ਲਈ। ਤਾਂ ਕਿੰਨੇ ਕੁ ਦਿਨ? ਇਸ ਜੁਰਮ ਦੀ ਕੋਈ ਵੱਡੀ ਸਜ਼ਾ ਨਹੀਂ ਹੁੰਦੀ। ਫਿਕਰ ਨਾ ਕਰ, ਸਜ਼ਾ ਤੇ ਮੈਂ ਤੈਨੂੰ ਐਸੀ ਦਵਾਵਾਂਗਾ ਕਿ 10-12 ਸਾਲ ਤੋਂ ਪਹਿਲਾਂ ਤੈਨੂੰ ਬਾਹਰ ਨਹੀਂ ਆਉਣ ਦਿਆਂਗਾ। ਤੇਰੇ ਵਰਗੇ ਰਾਕਸ਼ਸ ਨੂੰ ਮੈਂ ਖੁੱਲਾ ਨਹੀਂ ਘੁੰਮਣ ਦਿਆਂਗਾ। ਤਾਂ ਲਾ ਲਓ ਜ਼ੋਰ, ਦੇਖਦੇ ਹਾਂ ਕਿਹਦਾ ਜ਼ੋਰ ਜਿੱਤਦਾ। ਛਿੰਦਿਆ, ਮੈਂ ਬੜੇ ਪਿਆਰ ਨਾਲ ਤੈਨੂੰ ਪੁੱਛ ਰਿਹਾ, ਤੂੰ ਉਹ ਬੱਚੀ ਨੂੰ ਕਿਵੇਂ ਜਾਣਦਾ ਤੇ ਉਹ ਕਿਸਦੇ ਥਰੂ ਤੇਰੇ ਕੋਲ ਪਹੁੰਚੀ ਸੀ? ਤੂੰ ਮੈਨੂੰ ਦੱਸ ਦੇ ਕਿ ਉਹਨੂੰ ਅੱਗੇ ਕਿਸਦੇ ਹਵਾਲੇ ਕਰਨ ਵਾਲਾ ਸੀ, ਤੁਹਾਡੀ ਡੀਲ ਕੀ ਸੀ ਤੇ ਉਹਨਾਂ ਨੇ ਉਸ ਬੱਚੀ ਦਾ ਕੀ ਕਰਨਾ ਸੀ? ਤੁਹਾਨੂੰ ਕੀ ਲੱਗਦਾ ਕਿ ਉਹ ਬੱਚੀ ਨਾਲ ਕੀ ਕਰਨ ਵਾਲੇ ਸੀ? ਇਸ ਕੇਸ ਦੀ ਤਹਿ ਤੱਕ ਤਾਂ ਮੈਂ ਜਾ ਕੇ ਰਵਾਂਗਾ, ਤੇਰੀ ਜੁਰਮਾਂ ਦੀ ਇੱਕ ਇੱਕ ਪਰਤ ਨੂੰ ਖੋਲ ਕੇ ਰੱਖ ਦਵਾਂਗਾ। ਤੇਰੇ ਗੁਨਾਹ ਕਰਕੇ ਕਿੰਨੇ ਮਾਪਿਆਂ ਨੇ ਆਪਣੀ ਰਾਤਾਂ ਰੋ ਰੋ ਕੇ ਕੱਢੀਆਂ ਨੇ, ਉਹਨਾਂ ਦੇ ਇੱਕ ਇੱਕ ਹੁੰਝੂਦਾ ਹਿਸਾਬ ਤੇਰੇ ਕੋਲੋਂ ਲਵਾਂਗਾ। ਜਦ ਤੱਕ ਤੈਨੂੰ ਸਜ਼ਾ ਨਹੀਂ ਮਿਲਦੀ ਮੈਂ ਵੀ ਚੈਨ ਨਾਲ ਨਹੀਂ ਬੈਠਾਂਗਾ ਤੇ ਨਾ ਹੀ ਤੈਨੂੰ ਬੈਣ ਦੇਵਾਂਗਾ। ਹੁਣ ਦੇਖੋ ਬਾਪੂ ਜੀ, ਤੁਸੀਂ ਬਹੁਤ ਜਲਦੀ ਜਲਦੀ ਠੀਕ ਹੋ ਜਾਣਾ ਜੀ। ਬਿੱਟੀ, ਇਹਨਾਂ ਤੇਰੀ ਹੱਥ ਫੇਰ ਦੀ ਚੰਗਾ। ਵਾਹ ਸਰਵਨ ਪੁੱਤਰ, ਲੱਗਦਾ ਬਾਪੂ ਜੀ ਨੂੰ ਠੀਕ ਕਰਕੇ ਰਹੇਗਾ। ਆਹ ਸਰਵਣ ਪੁੱਤਰ ਵਾਲੀ ਕਹਾਣੀ ਤਾਂ ਬਾਪੂ ਜੀ ਮੇਹਰ ਨੂੰ ਸੁਣਾਇਆ ਕਰਦੇ ਸੀ। ਇੱਕ ਸਰਵਣ ਪੁੱਤਰ ਹੁੰਦਾ ਸੀ, ਉਹ ਆਪਣੇ ਮਾਪਿਆਂ ਦੀ ਬੜੀ ਸੇਵਾ ਕਰਦਾ ਸੀ ਤੇ ਇੱਕ ਦਿਨ ਵਿਚਾਰਾ ਸੇਵਾ ਦੇ ਚੱਕਰਾਂ ਚ ਹੀ ਮਾਰਿਆ ਗਿਆ। ਆਹ ਹਾਸੇ ਠੱਠੇ ਛੱਡ ਕੇ ਨਾ ਥੋੜੀ ਆਪਣੀ ਫਿਕਰ ਵੀ ਕਰ ਲੈ ਲੱਡੂ ਵੀਰੇ। ਕਿਉਂ, ਮੈਨੂੰ ਕਿਹੜਾ ਜਮਦੂਤ ਨੇ ਚਿੱਠੀ ਪਾਈ ਹੈ ਕਿ ਮੈਨੂੰ ਲੈਣ ਵਾਸਤੇ ਆ ਰਿਹਾ? ਜਮਦੂਤ ਦਾ ਤਾਂ ਮੈਨੂੰ ਪਤਾ ਨਹੀਂ ਪਰ ਪੁਲਿਸ ਦੀ ਚਿੱਠੀ ਪੱਕਾ ਆ ਜਾਣੀ ਹੈ। ਕੋਈ ਸੋਚ ਵੀਰੇ, ਜੇ ਕਿਸੇ ਦਿਨ ਬਾਪੂ ਜੀ ਗਲਤੀ ਨਾਲ ਬੋਲਣ ਲੱਗ ਪਏ ਤਾਂ ਤੇਰੀ ਜੇਲ੍ਹ ਤਾਂ ਪੱਕੀ ਹੈ। ਸੱਚ ਕਿਹਾ ਕਿੱਟੀ, ਡੱਡੂ ਵੀਰੇ ਮੈਂ ਤਾਂ ਕਹਾਂਗੀ ਤੂੰ ਕੁਝ ਦਿਨਾਂ ਲਈ ਨਾ ਇੱਥੋਂ ਦੂਰ ਚਲਾ ਜਾ। ਨਾ 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 ਨਾ, ਇੰਨਾ ਚੰਗਾ ਪਰਿਵਾਰ ਤੇ ਭੈਣਾਂ ਦਾ ਪਿਆਰ ਛੱਡ ਕੇ ਮੈਂ ਕਿਤੇ ਨਹੀਂ ਜਾਣਾ, ਮੈਂ ਡਰਦਾ ਨਹੀਂ ਕਿਸੇ ਤੋਂ। ਪਰ ਸਾਨੂੰ ਤਾਂ ਡਰ ਲੱਗਦਾ ਨਾ, ਜੇ ਗਲਤੀ ਨਾਲ ਤੇਰਾ ਸੱਚ ਸਾਹਮਣੇ ਆ ਗਿਆ ਤਾਂ ਵਿੱਚ ਅਸੀਂ ਘਸੀਟੇ ਜਾਣਾ। ਕਿਉਂ ਬਿੱਟੀ? ਬਿੱਟੀ ਆ ਕੱਪੜੇ ਧੋਣ ਤੋਂ ਬਾਅਦ ਨਾ ਪੋਚਾ ਲਾ ਦੀ ਘਰ ਚ, ਮੇਰੀ ਨਾ ਪਿੱਠ ਥੋੜੀ ਜਿਹੀ ਆਕੜੀ ਪਈ ਹੈ। ਚੰਗਾ। ਪਿੱਠ ਕਾਹਨੂੰ, ਤੇਰਾ ਤਾਂ ਦਿਮਾਗ ਵੀ ਆਕੜਿਆ ਪਿਆ। ਕੋਈ ਨੀ, ਟਾਈਮ ਟਾਈਮ ਦੀ ਗੱਲ ਹੈ। ਬਿੱਟੀ ਭੈਣ ਗੱਲ ਕਹਾਂ, ਦੇਖ ਗੁੱਸਾ ਨਾ ਕਰੀ, ਧਰਮ ਨਾਲ ਜਿਹੜੀ ਤੇਰੇ ਨਾਲ ਇਸ ਘਰ ਚ ਹੋਈ ਜਾਂਦੀ ਹੈ ਨਾ, ਮੈਨੂੰ ਤਾਂ ਦੇਖੀ ਨੀ ਜਾਂਦੀਗੀ। ਜੇ ਤੂੰ ਹੁਣ ਵੀ ਨਾ ਬੋਲੀ ਨਾ, ਆ ਮੇਹਰ ਦੇ ਜਾਣ ਤੋਂ ਬਾਅਦ ਨਾ ਤੂੰ ਇਸ ਘਰ ਚ ਜਮਾਂ ਨੌਕਰਾਣੀ ਬਣ ਕੇ ਰਹਿ ਜਾਏ। ਤੂੰ ਬੋਲਣਾ ਨਾ ਬੋਲਣਾ ਤੇਰੀ ਮਰਜ਼ੀ ਹੈ ਹੁਣ। ਮੇਰੀ ਮਰਜ਼ੀ ਤਾਂ ਮੈਂ ਤੈਨੂੰ ਕੀ ਦੱਸਾਂ ਵੀਰੇ, ਮੇਰਾ ਤਾਂ ਵਸ ਹੀ ਨਹੀਂ ਚੱਲ ਰਿਹਾ, ਮੈਨੂੰ ਤਾਂ ਸਮਝ ਨਹੀਂ ਲੱਗ ਰਿਹਾ ਮੈਂ ਕਰਾਂ ਤਾਂ ਕੀ ਕਰਾਂ। ਤੁਹਾਡਾ ਵਸ ਨਾ ਤੁਹਾਡੇ ਹੱਥ ਵਿੱਚ ਹੁੰਦਾ, ਹੱਥ ਖੋਲ ਦੋ ਤੇ ਬਸ ਚੱਲ ਪੈਣ। ਮੈਂ ਕਰੀ, ਤੂੰ ਅਗਲੀ ਵਾਰ ਕਿੱਟੀ ਬੋਲੂਗੀ ਨਾ ਤੂੰ ਵੀ ਚੁੱਪ ਨਾ ਰਹੀ, ਮੌਕਾ ਦੇਖ ਕੇ ਨੈਲ ਤੇ ਦਹਿਲਾਂ ਕੁੱਟਣੀ ਤੋਂ ਫੜ ਲਈ। ਪਤਾ ਨਹੀਂ ਕਿਉਂ ਸਗਿਆਂ ਨੂੰ ਆਪਸ ਚ ਲੜਾ ਕੇ ਵੀ ਮੈਨੂੰ ਬੜਾ ਮਜ਼ਾ ਆਉਂਦਾ, ਪਰ ਹੁਣ ਤਾਂ ਹੋਰ ਵੀ ਮਜ਼ਾ ਆਊਗਾ ਜਦ ਮੇਰੀ ਸਗੀਆਂ ਭੈਣਾਂ ਆਪਸ ਚ ਬਿੱਲੀਆਂ ਵਾਂਗ ਲੜਨਗੀਆਂ। ਲੋ, ਤੇਰੀ ਸੁਪਰ ਮੋਮ ਤੇਰਾ ਲੰਚ ਇੱਥੇ ਲੈ ਕੇ ਆ ਰਹੀ ਹੈ, ਤੂੰ ਛੇਤੀ ਛੇਤੀ ਜੂਸ ਖਤਮ ਕਰ ਲੈ ਤੇ ਆਪਣਾ ਹੋਮਵਰਕ ਇੱਥੇ ਕੰਪਲੀਟ ਕਰ ਲੈ, ਮੈਂ ਹੁਣੇ ਆਈ। ਨੂਰ ਪੁੱਤਰ, ਮੈਂ ਲੰਚ ਲੈ ਕੇ ਆ ਰਹੀ ਹਾਂ, ਇਹਨੂੰ ਫਿਨਿਸ਼ ਕਰਕੇ ਆਪਾਂ ਤੇਰੇ ਐਗਜ਼ਾਮ ਦੀ ਤਿਆਰੀ ਕਰਾਂਗੇ, ਠੀਕ ਹੈ? ਮੇਰਾ ਬੱਚਾ ਇੰਨਾ ਥੱਕ ਗਿਆ ਕਿ ਇੱਥੇ ਹੀ ਸੌ ਗਿਆ। ਕੋਈ ਨਾ ਪੁੱਤਰ, ਤੂੰ ਆਰਾਮ ਕਰ, ਜੇ ਮੈਂ ਤੈਨੂੰ ਅੰਦਰ ਲੈ ਕੇ ਗਈ ਤਾਂ ਤੇਰੀ ਨੀਂਦ ਖਰਾਬ ਹੋ ਜਾਣੀ। ਨੂਰ, ਨੂਰ ਪੁੱਤਰ ਛੇਤੀ ਉੱਠ। ਭਾਬੀ, ਇਹ ਕੀ ਕਰ ਰਹੇ ਹੋ? ਰੁਕੋ, ਆ ਵੇਖੋ ਸਿਮਰਨ ਦੀਦੀ, ਨੂਰ ਦੇ ਨੇੜੇ ਕੀ ਹੈ।
ਪਹੁੰਚ ਗਿਆ ਹੁਣ ਤਾਂ ਇੱਥੇ ਹੀ ਸੀ ਮੈਂ ਆਪ ਵੇਖੇ ਕੀ ਵੇਖਿਆ ਸੀ ਕੀ ਸੀ ਇੱਥੇ ਸਭ ਵੇਖਿਆ ਸੀ ਸਿਮਰਨ ਦੀਦੀ ਪਰ ਕਿੱਥੇ ਆ ਸਭ ਇੱਥੇ ਹੀ ਸੀ ਸਿਮਰਨ ਦੀਦੀ ਮੈਂ ਆਪ ਵੇਖਿਆ ਸੀ ਤੁਹਾਡਾ ਦਿਮਾਗ ਤੇ ਨਹੀਂ ਖਰਾਬ ਹੋ ਗਿਆ ਭਾਬੀ ਤੁਸੀਂ ਕਿਧਰੇ ਪਾਗਲ ਤਾਂ ਨਹੀਂ ਹੋਗੇ ਪੱਕੇ ਘਰਾਂ ਵਿੱਚ ਸਭ ਕਿੱਥੋਂ ਆ ਗਿਆ ਮੈਨੂੰ ਲੱਗਦਾ ਹੈ ਜ਼ਿਆਦਾ ਸੋਚ ਸੋਚ ਕੇ ਨਾ ਭਾਬੀ ਜੀ ਤੁਹਾਨੂੰ ਕੋਈ ਦਿਮਾਗੀ ਬਿਮਾਰੀ ਲੱਗ ਗਈ ਹੈ ਤਾਂ ਤੁਹਾਨੂੰ ਕਦੀ ਕੁਛ ਤੇ ਕਦੀ ਕੁਛ ਨਜ਼ਰ ਆਉਂਦਾ ਹੈ ਭਾਬੀ ਮੈਂ ਜਾਣਦੀ ਹਾਂ ਤੁਸੀਂ ਨੂਰ ਨੂੰ ਮੇਰੇ ਨਾਲੋਂ ਵੱਧ ਪਿਆਰ ਕਰਦੇ ਹੋ ਪਰ ਤੁਸੀਂ ਸੋਚੋ ਜੇ ਗਲਤੀ ਨਾਲ ਵੀ ਅੱਜ ਇਹ ਵੇਲਣਾ ਨੂਰ ਨੂੰ ਵੱਜ ਜਾਂਦਾ ਤਾਂ ਕੀ ਹੋਣਾ ਸੀ ਸਿਚੁਏਸ਼ਨ ਬਹੁਤ ਸੀਰੀਅਸ ਹੈ ਭਾਬੀ ਮੈਨੂੰ ਲੱਗਦਾ ਸੱਚੀ ਤੁਹਾਨੂੰ ਕਿਸੇ ਡਾਕਟਰ ਦੀ ਜ਼ਰੂਰਤ ਹੈ ਉਹ ਵੀ ਛੇਤੀ ਤੋਂ ਛੇਤੀ ਚਲੋ ਨਾ ਸੁਪੜ ਹੋ ਗਈ ਨਾ ਤੁਹਾਡੀ ਮਾਤਾ ਰਾਣੀ ਨਾਲ ਗੱਲਾਂ ਤਾਂ ਮੈਨੂੰ ਪਿਚਕਾਰੀਆਂ ਦਵਾਓ ਨੂਰ ਪੁਲਿਸ ਅੰਕਲ ਹਜੇ ਥੱਕੇ ਹੋਏ ਨੇ ਉਹਨਾਂ ਨੂੰ ਥੋੜਾ ਆਰਾਮ ਕਰਨ ਦੇ ਚੁੱਕੋ ਤੂੰ ਸੱਚੀ ਬਹੁਤ ਪਿਆਰੀ ਹੈ ਤਦੀ ਤੇ ਇੰਨੀ ਸਮਝਦਾਰੀ ਵਾਲੀਆਂ ਗੱਲਾਂ ਕਰਦੀ ਤੇ ਮੈਂ ਨੂਰ ਸਾਹਿਬ ਤੁਸੀਂ ਤੇ ਬੜੇ ਨੋਟੀ ਹੋ ਪਰ ਤੁਹਾਡੀ ਨੋਟੀਨੈਸ ਵੀ ਸਾਨੂੰ ਬੜੀ ਪਿਆਰੀ ਲੱਗਦੀ ਤਾਂ ਚਲੋ ਫਿਰ ਸਾਨੂੰ ਪਿਚਕਾਰੀ ਹੈ ਤਾਂ ਰੰਗ ਦਿਵਾਓ ਠੀਕ ਹੈ ਪਿਚਕਾਰੀ ਤੇ ਮੈਂ ਲੈ ਕੇ ਦੇ ਦਿਆਂਗਾ ਪਰ ਮੇਰੀ ਇੱਕ ਸ਼ਰਤ ਹੈ ਕਿਹੜੀ ਸ਼ਰਤ ਸੁਪੜੇ ਸ਼ਰਤ ਹੈ ਜੇ ਤੁਸੀਂ ਮੈਨੂੰ ਹੋਲਿਕਾ ਦਹਨ ਦੀ ਕਹਾਣੀ ਸੁਣਾਓਗੇ ਤੇ ਜੋ ਤੁਸੀਂ ਕਹੋਗੇ ਮੈਂ ਤੁਹਾਨੂੰ ਲੈ ਕੇ ਦਿਆਂ ਲਿਓ ਇਹ ਵੀ ਕੋਈ ਸ਼ਰਤ ਹੈ ਇਹ ਵਾਲੀ ਕਹਾਣੀ ਤਾਂ ਮੈਨੂੰ ਆਉਂਦੀ ਹੈ ਚਲੋ ਮੈਂ ਤੁਹਾਨੂੰ ਹੁਣੇ ਸੁਣਾ ਦਿਆਂਗਾ ਚਲੋ ਜੀ ਸੁਣਾਓ ਫਿਰ ਆ ਜਾ ਛਿੜਕੂ ਆ ਜਾ ਬੈਠੋ ਬੈਠੋ ਜੀ ਬਹਿ ਜਾ ਇੱਕ ਬੜੀ ਪੁਰਾਣੀ ਗੱਲ ਹੈ ਇੱਕ ਨਿੱਕਾ ਜਿਹਾ ਮੁੰਡਾ ਹੁੰਦਾ ਸੀ ਜਿਹਦਾ ਨਾਂ ਪ੍ਰਹਲਾਦ ਸੀ ਫੇਰ ਫੇਰ ਅੱਗੇ ਤਾਂ ਮੈਨੂੰ ਆਉਂਦੀ ਨਹੀਂ ਹੈ ਮੈਨੂੰ ਤਾਂ ਇੰਨੀ ਆਉਂਦੀ ਸੀ ਮੈਨੂੰ ਸਾਰੀ ਕਹਾਣੀ ਆਉਂਦੀ ਹੈ ਮੈਂ ਹਰ ਹੋਲੀ ਤੇ ਆਪਣੇ ਬਾਊ ਜੀ ਤੋਂ ਸੁਣਦੀ ਹਾਂ ਪ੍ਰਹਲਾਦ ਦਿਨ ਰਾਤ ਭਗਵਾਨ ਵਿਸ਼ਨੂੰ ਜੀ ਦਾ ਨਾਮ ਜਪਦਾ ਸੀ ਜੋ ਕਿ ਉਹਦੇ ਪਿਓ ਨੂੰ ਜਮਾ ਪਸੰਦ ਨਹੀਂ ਸੀ ਕਿਉਂਕਿ ਉਹਦਾ ਪਿਓ ਰਾਕਸ਼ਸਾਂ ਦਾ ਰਾਜਾ ਸੀ ਤੇ ਉਹ ਚਾਹੁੰਦਾ ਸੀ ਕਿ ਉਹ ਦਿਨ ਰਾਤ ਮੇਰੀ ਪੂਜਾ ਕਰੇ ਉਹਨੇ ਪ੍ਰਹਲਾਦ ਨੂੰ ਮਨਾਉਣ ਦੀ ਹਰ ਕੋਸ਼ਿਸ਼ ਕੀਤੀ ਪਰ ਉਹ ਹਾਰ ਗਿਆ ਤੇ ਫਿਰ ਉਹਨੇ ਮਨ ਬਣਾ ਲਿਆ ਵੀ ਮੈਂ ਪ੍ਰਹਲਾਦ ਨੂੰ ਮਾਰ ਹੀ ਦਿਆਂਗਾ ਤੇ ਉਹ ਰਾਜਾ ਦਾ ਕੀ ਨਾਂ ਸੀ ਹੀਰਾ ਹੀਰਾਨ ਹੀਰਾ ਹਿਰਨਿਆ ਕਸ਼ਪ ਫਿਰ ਆਪਣੇ ਪੁੱਤਰ ਪ੍ਰਹਲਾਦ ਨੂੰ ਸਜ਼ਾ ਦੇਣ ਲਈ ਉਹਨੇ ਆਪਣੀ ਭੈਣ ਹੋਲਿਕਾ ਨੂੰ ਬੁਲਾਇਆ ਤੇ ਕਿਹਾ ਜੇ ਮੇਹਰ ਇੱਥੇ ਹੁੰਦੀ ਤਾਂ ਜ਼ਿੱਦ ਕਰਕੇ ਮੇਰੇ ਤੋਂ ਇਹ ਕਹਾਣੀ ਸੁਣਦੀ ਪਰ ਇਸ ਵਾਰ ਮੈਂ ਉਹਨੂੰ ਇਹ ਕਹਾਣੀ ਕਿਵੇਂ ਸੁਣਾਉਂਦਾ ਚੰਗਾ ਹੀ ਹੋਇਆ ਉਹ ਮੇਰੀ ਇਸ ਹਾਲਤ ਬਾਰੇ ਨਹੀਂ ਜਾਣਦੀ ਨਹੀਂ ਤਾਂ ਮੇਰੀ ਮਾਸੂਮ ਜਿਹੀ ਬੱਚੀ ਨੇ ਮੇਰੇ ਸਿਰਾਣੇ ਬੈਠੇ ਰਹਿਣਾ ਸੀ ਨਾ ਢੰਗ ਨਾਲ ਖਾਣਾ ਸੀ ਤੇ ਨਾ ਢੰਗ ਨਾਲ ਆਰਾਮ ਕਰਨਾ ਸੀ ਇਸ ਵੇਲੇ ਉਹ ਆਪਣੀ ਸਗੀ ਮਾਂ ਕੋਲ ਹੈ ਚਾਹੇ ਪਾਵਨੀ ਪੁੱਤਰ ਨੂੰ ਸੱਚ ਨਹੀਂ ਪਤਾ ਪਰ ਉਹਨੇ ਮੇਹਰ ਦੇ ਪਿਆਰ ਵਿੱਚ ਕੋਈ ਕਮੀ ਨਹੀਂ ਛੱਡੀ ਹੋਣੀ ਪਰ ਫੇਰ ਵੀ ਮੈਨੂੰ ਮੇਹਰ ਦੀ ਚਿੰਤਾ ਲੱਗੀ ਰਹਿੰਦੀ ਹੈ ਕੁਝ ਵੀ ਕਰਕੇ ਮੈਨੂੰ ਉੱਠਣਾ ਹੀ ਪਏਗਾ ਠੀਕ ਹੋਣਾ ਹੀ ਪਏਗਾ ਤੇ ਰਾਜਾ ਹਿਰਨਿਆ ਕਸ਼ਪ ਦੀ ਭੈਣ ਹੋਲਿਕਾ ਕੋਲ ਇੱਕ ਸ਼ਕਤੀ ਸੀ ਉਹ ਜਲਦੀ ਅੱਗ ਵਿੱਚ ਕੂਦ ਸਕਦੀ ਸੀ ਤੇ ਫੇਰ ਵੀ ਉਹ ਕਦੀ ਵੀ ਸੜ ਨਹੀਂ ਸਕਦੀ ਸੀ ਤੇ ਰਾਜਾ ਤੇ ਕਹਿਣ ਤੇ ਹੋਲਿਕਾ ਇੱਕ ਦਿਨ ਪ੍ਰਹਲਾਦ ਨੂੰ ਆਪਣੀ ਗੋਦ ਵਿੱਚ ਲੈ ਕੇ ਅੱਗ ਵਿੱਚ ਬਹਿ ਗਈ ਤੇ ਚਾਰੋਂ ਪਾਸੇ ਉਹਨੇ ਅੱਗ ਲਾ ਦਿੱਤੀ ਤੇ ਹੌਲੀ ਹੌਲੀ ਅੱਗ ਵੱਧ ਰਹੀ ਸੀ ਤੇ ਰਾਕਸ਼ਸਾਂ ਦੇ ਰਾਜਾ ਹਿਰਨਿਆ ਕਸ਼ਪ ਨੇ ਪ੍ਰਹਲਾਦ ਨੂੰ ਕਿਹਾ ਕਿ ਜਿਸ ਵਿਸ਼ਨੂੰ ਦੇ ਨਾਂ ਦਾ ਤੂੰ ਜਪ ਕਰਦਾ ਹੈ ਉਹਨੂੰ ਬੁਲਾ ਲੈ ਉਹਨੂੰ ਕਹਿ ਕਿ ਤੈਨੂੰ ਆ ਕੇ ਬਚਾ ਲਵੇ ਨਹੀਂ ਤਾਂ ਮੇਰੇ ਕੋਲ ਮਾਫੀ ਮੰਗ ਤੇ ਮੇਰੇ ਨਾਂ ਦਾ ਜਪ ਸ਼ੁਰੂ ਕਰ ਦੇ ਪਰ ਪ੍ਰਹਲਾਦ ਅੱਗ ਤੋਂ ਬਿਲਕੁਲ ਨਹੀਂ ਡਰਿਆ ਤੇ ਵਿਸ਼ਨੂੰ ਦੇ ਨਾਂ ਦਾ ਜਪ ਸ਼ੁਰੂ ਕਰ ਦਿੱਤਾ ਤੇ ਅੱਗ ਹੋਰ ਜ਼ਿਆਦਾ ਭੜਕ ਰਹੀ ਸੀ ਤੇ ਪ੍ਰਹਲਾਦ ਨੂੰ ਜਲਾ ਵੀ ਸਕਦੀ ਸੀ ਫਿਰ ਅਚਾਨਕ ਹੋਲਿਕਾ ਤੇ ਲਿਪਟੀ ਹੋਈ ਚਾਦਰ ਉੜ ਕੇ ਪ੍ਰਹਲਾਦ ਕੋਲ ਆ ਗਈ ਤੇ ਉਹਨੂੰ ਲਪੇਟ ਲਿਆ
ते होलिका सड़ के सुहा हो गई ते भगवान विष्णु ते विश्वास करन वाला प्रहलाद बिल्कुल ठीक सी ते ओ अक्तों बिल्कुल सही सलामत बाहर आ गया। ते उसी वेले राजा हिरण्यकश्यप दे दरबार विच एक लोहे दे खंबे अंदरों निकले भगवान विष्णु अपने असली रूप विच नहीं नरसिम्हा दे रूप विच। नरसिम्हा की हुंदा सुपड़ा है? नरसिम्हा ओ हुंदा है जिदा अद्धा शरीर इंसान दा हुंदा है ते अद्धा शरीर शेर दा। ते भगवान विष्णु ने उस दुष्ट राजा हिरण्यकश्यप नू मार दिता ते उदे बाद प्रहलाद नू उत्थों दा राजा बना दिता। इसलिए हर साल होली दे दिन होलिका नू याद किया जाता है ताकि सब नू याद रहे कि बुराई तो अच्छाई हमेशा जीत जाती है कि नहीं। भगवान विष्णु ने अपने भगत प्रहलाद का साथ नहीं छड्डिया क्योंकि बुरे टाइम विच प्रहलाद ने अपने विश्वास नू डोलन नहीं दिता है कि नहीं। पर सुपर आंटी ने तो माता चिंतपूर्णी तो अपना विश्वास खो दिता है ना ते शायद इसी करके आजकल वो परेशान रहने ने। प्लीज अंकल सानू इन्हां दी फिर तो माता रानी नाल सुरा करानी चाहिए तहीं ता सब कुछ ठीक होना है। हाँ छोटू बिल्कुल सही कह रही है शायद पावनी दी मुश्किल है ये कि उन्होंने अपनी श्रद्धा ना खो दी असि भी सारी कोशिश करके वेख लिया पर हाँ एक इंसान है जो उन्होंने इस विश्वास नू दोबारा जगा सकता है ते वो तू है चुक्कू। हरे जी हैप्पी होली। हैप्पी होली जी। हैप्पी होली पापी। हैप्पी होली सिमरन दीदी। आओ जी तुहानू भी लाए होली जी। हैप्पी होली जी। सुपर आंटी पुलिस अंकल आज ऐसी तो नहीं दोबारा रंग लगाने सुपर आंटी तो नहीं सब कुछ ठीक तो दिख रहे हैं ना। हाँ पुत्र बिल्कुल ठीक है। हट जा मैं हूं तेरे रंग लाने आ। ओ वेख ठंडाई हो जाए फिर अच देखते हैं कौन ज्यादा पींदा है। जीजा जी तुसी पुलिस वाले नू चैलेंज कर रहे हो चलो जी जाके देखते हैं। पावनी मैं हूने आया। हाँ आ जाओ। हैप्पी होली बापू जी। हाँ बापू जी जे तुसी ठीक होंदे ना आप रज के होली खेलनी सी। कोई नहीं इस होली की कसर बापू जी अगली होली कद लेंगे क्यों बापू जी। बापू जी सानू पता लग रहा है तुसी सानू आशीर्वाद देना चाहते हो। तुसी ठीक हो जाओ कोई गल नहीं तुहाडे चेहरे ते आई खुशी साडे लई आशीर्वाद है क्यों ते जी वीर। हाँ जी बापू जी जिस दिन तुसी ठीक हो गए ना असी उस दिन भी होली खेडांगे ते बापू जी मैनू पूरा विश्वास है कि वो दिन भी दूर नहीं जिस दिन तुसी ठीक होके अपने पैरां ते खड़े हो जाओगे। हाँ मेरे पुत्रो जे कदे मैं दोबारा अपने पैरां ते खड़ा जोगा हो गया ना ता सब तो पहला मैं लड्डू नू किच्ची तो फड़ के थाने ले जावांगा ते फिर अपनी मेहर नू इत्थे लेके आवांगा। बड़ी याद आउंदी है मैनू मेरी धी दी किते चाह नाल होली खेडदी सी। ਸਾਰੇ ਹੋਲੀ ਵਾਲੇ ਦਿਨ ਇਕੱਠੇ ਖੇਡੇ ਹੁੰਦੇ ਸੀ
मेरी दोवी ताई है रंगदी था मिट्टी कोल के दूजरे ऊपर बनिया सी। अच्छा और की हुंदा सी? असी टब विच पक्के रंग पाके दूजरे लांदे सी जेड़ा कुछ दिन तक मिटता भी नहीं सी। अच्छा ते मेरे बाऊ जी ओ होली वाले दिन ना किन्निया सारिया मिठाइयां लेके आंदे सी। पर मिठाइयां तो इत्थे भी है ओ एक। पर इत्थे मेरे बाऊ जी नहीं हैगे ना, ओ ता सिर्फ मेनू ही रंग लांदे सी। मैं उन्हां नूं सारा ही रंग ला दिंदी हुंदी सी। नूं इक वारी मेरे बाऊ जी नूं फोन ता ला के वेख। हां मैं ला ता लियांगा, बस मेनू किसी दा फोन मिल जावे। पापा दा फोन। चल आले छुटकू, तेनू अपने बाबूजी दा नंबर याद है ता दस। हाँ मेहर पुत्त, की हाल ने तेरे? एकदम ठीक ताया जी। बाऊ जी किथे ने? ओ घर विच नहीं आए। उना दा ता मेनू फोन भी नहीं आया। उना दा फोन तोड़े कोल है? ओ नहीं नहीं पुत्त, ना बापू जी ने ना नवा फोन ले लिया, आ मेरे कोल है। नवा फोन क्यों? ओ एदे च ना आवाज नहीं ठीक आंदी। अच्छा ओ कर कदो आनगे, मैं उना नाल गल करनी सी। उना नु कहो कि ओ मेनू छेती वापस लेन आ जान, मैं भी घर आना है। ओहो पुत्त इन्ने सवाल कठे ही, तू फिकर ना कर। बापू जी ने ना एक दो दिन च घर आ जाना, मैं उन्होंने कह दूंगा कि तेनू छेती ले आउन। तुसी होली नहीं खेड रहे? ओ लै पुत्त क्यों नहीं खेड दे, लै तू आप ही देख लै। सुपर मॉम, तुसी एक गल दसो, तुसी असे दोवे विचों किन्नू ज्यादा प्यार करदे हो, मेनू या फिर मेहर नू? लै दस एक ही गल होई, सुपर आंटी दा सब तो ज्यादा प्यार तेनू ही करदे होने, मैं तो कुछ दिन पहला आई है इत्थे। मेरे फेवरेट ने करण जी। चलो ना सुपर मॉम, हले तक सुपर डैड तो आई नहीं है, तुसे मेरे ते पिचकारी मारो ना। नहीं नहीं पहले मेरे ते मारो, मैं छोटी है ना। क्यों है सुपर आंटी, तुसे ठीक तो हो ना? हाँ पुत्र। चलो ना पुआ जी, सारा तमाशा तो असि मिल के देखना है, तुसे पता नहीं क्यों इतने लुके फिरदे हो। ना नहीं सिमरन, इस बारी तो मेनू बहुत डर लगता है, मैं ता ना ही जावा ते चंगा है। ले सारी प्लानिंग तो असि मिल के कीती है, फिर थानू कदा डर है पुआ जी? इसे गल दा ता मेनू डर है कि सारी प्लानिंग करके एन मौके ते आके तू सारा कुछ भूल जानी। की कह रहे हो पुआ जी, मैं कदी लापरवाही करती हूं? एडी वड्डी ऊजली च हुनो मसा टली है, आखिर मेनू ता पता ही नहीं। ओहो पुआ जी अब बुझाता जी, पानी बंद करो ते मेनु सही सही दसो कहना की चाहने हो? कहना मैं ए चाहनी हां सिमरन पुत्र, के रात तू करण पुत्र दी बंदूक चो गोलियां बदलनियां भूल गई सी, ते ए ता साडी किस्मत चंगी सी के कोई हादसा होनो टल गया। मैं ता रात पानी पीन उठी, मैं देखिया ते नकली गोलियां दा पैकेट उत्ते ही पिया, फिर मैं ओ गोलियां बदलियां ते दूसरियां गोलियां ओदे च पाईयां, ते हुण जेहड़ियां असली गोलियां ने उत्थे पईयां ने पैकेट च। पर पुआ जी सौन तो पहले ता गोलियां मैं आप बदलियां सी, तुसी केड़े पैकेट दी गल कर रहे हो? नहीं आ जड़ियां गोलियां आ देख, ते ओ नकली गोलियां ने जड़ियां मैं बंदूक च पाईयां ने। पुआ जी ए असली नहीं, ए नकली गोलियां ने, आ देखो ए खाली है। इदा मतलब पावनी भाभी कोल जो बंदूक है उदे विच असली गोलियां ने। ते पावनी भाभी इस टाइम नूर ते मेहर कोले खड़ी है।
सुपर डैड तो आन तो पहला मेनू रंग लगायो क्योंकि मैं थोड़ा प्यारा बेटा है ना। नहीं नहीं ये तो खजूदा थोड़ी नाल रहिंदे ते वैसे भी तुसी इनू किन्ना प्यार कर दो, एक बारी मेनू भी अपना प्यार दे दो ना। पहला मिट्टे रंग मारो। पापी दे हाथ विच असली बंदूक है। पापी पापी करके होया पावनी के पिचकारी नहीं है असली गन है। जे मैं टाइम ते ना होंदा ते यार नोर या छुटको किसे एक नू गोली लग जानी सी ता फिर पर एक भी हो सकता यार ता पिचकारी सी एक गन की में करण जी आज मेरे हाथ तो इस बच्चे ने गोली बच सकती थी फिर क्यों ना सी करण जी फिर क्यों होना सी। मैं लगता मैं पागल हो गई हूँ। मैं सच्ची पागल हो गई हूँ करण जी। और मैं इतने नहीं रह सकती करण जी। जब मैं इतने रही तब मैं सबके लिए मुसीबत पैदा कर सकती हूँ। बहुत बड़ी गलती हुई तो बाद में बुआ जी पर माता रानी का शुक्र है कि सब ठीक है। होया सिमरन माता रानी की कृपा हो गई है। बुआ जी तो एकदम पुठी पै गई सी पर पासे पासे सीधे पे ने। बस मैं फैसला कर लिया है करण जी मैं हूं इतने नहीं रह सकती। इस तो पहला मेरे को होर भी बड़ी गलती हो जाए मैंने चले जाना चाहिए। तू अपने लालच पागल होनी जानी है सिमरन तेन सिर्फ जमीन ज्यादा नजर आती है और कुछ भी नहीं। हाँ मैं दिन रात जमीन जायदाद बारे ही सोचती हूँ पर किदे लई अपने नूर लई ना। पर जे साडा प्लान ही पुठा पै जांदा फिर जे साडे नूर नूं गोली बज जांदी फिर हूं की करना सी ना जायदादां दा दस मैनूं जवाब दे हुण। हाँ राज गलती तां हो गई सी ओह तां माता रानी दा शुक्र है कि करण वीरे ने सानूं बचा लिया। इही तां मैं तैनूं कह रहा सिमरन कि किस्मत हर वेले साथ नहीं दिंदी कदे कदे किस्मत वी धोखा दे जांदी है। आ जोड़े हाथ अगे तो ध्यान रखी। हाँ सानू ए प्रॉपर्टी चाहिदी है उस तो वध आपां तीनों इंपोर्टेंट हां तू मैं ते नूर। हाँ राज असीं तीनों भी रवांगे ते साडा प्लान भी। बेशक साडा प्लान रस्ते तो पटक गया सी राज पर हुण असीं दोबारा उसे रस्ते ते आ गए। करण वीरे दी नजर विच असीं ए साबित कर चुके हां कि पावनी भाभी दी दिमागी हालत ठीक नहीं है ते ओ कार वालियां वास्ते खतरा बन चुकी है ते ओ कदे भी कुछ भी कर सकती है। बस हुन एक आखरी वार करना बाकी है राज। ओ केड़ा इंजेक्शन ये केड़ा इंजेक्शन है एदे नाल की हुंदा। बस अद्धा समझ लो राज कि जदो इंजेक्शन किसी बंदे नु लग जांदा है ना ते समझ लो ओदा दिमाग ओदे हत्थों गया। तू इंजेक्शन पावनी लई लेके आई है ना। हां ए इंजेक्शन मैं सिर्फ पावनी लई लेके आई है। ए एनी स्ट्रांग ड्रग वाला इंजेक्शन है ना राज कि जदो भी ये पावनी नु लगेगा ना जिवें कोई सांड पुत्र गया हुंदा ना बस ओही हाल पावनी दा हो जाना है। उन्हें चीजा भी चुप चुप के मारनी है ते बाकी हरकतां भी करूगी। बस पावनी दी ए हालत देख के या ता करण वीरा ओनू पागल खाने छाड़ के आएगा या उसनू ओदे प्यो दे करे छाड़ देगा। तीजा होर कोई रस्ता नहीं बचूगा। बस मेनू एक सही मौके दी तलाश है राज ते ओ मिलदे
इंजेक्शन मैं पावनी दे लगा देना है। आ देखो ये माता चिंतपूर्णी ने ये अपने भक्ता दी दुख ते तकलीफा नु हार लेंदे ने। जे कोई भी मुश्किल होवे ना बस इना दे मूहरे खड़ के अरदास करो, सब कुछ ठीक कर देने ने। लो ये फूल माता रानी नु चढ़ा दियो ते ताडे मन में जो भी दुख ते तकलीफ होवे वो इना नु दस दियो, सारा कुछ इना ते छड़ दो। चलो चलो छेटी छेटी अखा बंद करो। तेन बस माता रानी का हाथ फड़ना है, इन्हों की शरण में आके सारे भूले भटकों नू सारा मिल जाता है। इन्हों की शरण विच मन नू शांति मिलती है। इन्हों की शरण में आ जा पा। माता रानी कोल हर गल दा जवाब है, इन्हां कोल हर मुश्किल दा हल है। ए माता चिरमस्तिका ने एक बार जदों भगवान शिव जी गुस्से विच आ गए सी तां उन्हां नू शांत करन लई भगवान विष्णु जी ने सुदर्शन चक्र नाल सती दे 51 टुकड़े करते सी। जिस थां ते सती दा सिर डिग गया सी आज उसी थां ते मेरी चिन्मास्तिका माता मंदिर है। उन्हां दे भगत उन्हां नू चिंतपूर्णी मां भी कहंदे ने क्योंकि वो सारे दी चिंता हटदी है। मैं तां बड़ी श्रद्धा ते विश्वास रखिया सी, मैं तां तुहाडे कोलों एक छोटी जिही टीवी मंगी सी पर मैनूं ओह दित्ता नहीं गया बल्कि मैं तो खो लिया गया सी। हुण किद्दां मंगा, मेरे नहीं लगता कि माता रानी मेरी चिंता हर लेगी।